ਗੁਰਬਾਣੀ ਜੇ ਕਹਿੰਦੀ ਜਿਹਦੀ ਹੁਣ ਵਿਆਖਿਆ ਕਰਨ ਵੇਲੇ ਕੀ ਕਰੀਏ, ਕਹੀਏ ਕਿ ਨਾ ਕਹੀਏ ਮੂਰਖ, ਨਾ ਕਹੀਏ ਤਾਂ ਔਖਾ ਹੈ, ਕਹੀਏ ਤਾਂ ਔਖਾ ਹੈ। ਤਾਂ ਮੂਰਖ ਕਹਿੰਦੇ ਉਹ ਕਹਿੰਦੇ ਨੇ ਤੁਸੀਂ ਮੂਰਖ ਕਹਿੰਦੇ ਹੋ, ਨਾ ਕਹੀਏ ਤਾਂ ਗੁਰਬਾਣੀ ਦੇ ਅਰਥ ਕਿਵੇਂ ਹੋਣ? ਆਪਣੇ ਕੋਲੋਂ ਮੂਰਖ ਕਹੀਏ ਉਹ ਗੱਲ ਅਲੱਗ ਹੈ, ਇੱਥੇ ਮੂਰਖ ਕਹੇ ਤਾਂ ਅਸੀਂ ਦੋ ਚਾਰ ਹੋਰ ਨਾਲ ਲਾ ਲਈਏ ਦੋ ਵੱਡੇ ਅਪਰਾਧ, ਉਹ ਗੱਲ ਅਲੱਗ ਹੈ, ਫਿਰ ਗੱਲ ਮਾੜੀ ਹੈ। ਇੱਥੇ ਮੂਰਖ ਕਹੇ ਅਸੀਂ ਉਹਨੂੰ ਡਕੈਤ ਕਹਿ ਦੀਏ, ਕੁਛ ਹੋਰ ਕਹਿ ਦੀਏ, ਫਿਰ ਤਾਂ ਗਲਤੀ। ਪਰ ਮੂਰਖ ਕਿਹਾ, ਮੂਰਖ ਅਸੀਂ ਕਹਾਂ, ਇਹ ਤੋਂ ਜ਼ਿਆਦਾ ਨਹੀਂ ਕਹਿ ਸਕਦੇ। ਫਿੱਕਾ ਮੂਰਖ ਆਖੀਆ ਪਾਣਾ ਲਹਿ ਸਜਾਏ, ਹੁਣ ਹੋਰ ਮੁਸ਼ਕਲ ਆ ਗਈ। ਕਹਿੰਦੇ ਅੱਗੋਂ ਦਰਗਾਹ ਜੁੱਤੀਆਂ ਦੀ ਸਜ਼ਾ ਮਿਲਦੀ ਹੈ, ਪਾਣਾ ਜੁੱਤੀ ਨੂੰ ਕਹਿੰਦੇ, ਜੁੱਤੀਆਂ ਪੈਂਦੀਆਂ ਨੇ ਉਹਨਾਂ ਦੀ ਗੱਲ ਰਿਜੈਕਟ ਹੋ ਜਾਣੀ ਹੀ ਉਹਨਾਂ ਵਾਸਤੇ ਜੁੱਤੀਆਂ ਦਾ ਸੱਚ। ਜੁੱਤੀਆਂ ਨਾਲ ਵੀ ਜ਼ਿਆਦਾ ਬੇਇੱਜ਼ਤੀ ਸਮਝਦੇ ਨੇ, ਕਿਸੇ ਦੀ ਗੱਲ ਰਿਜੈਕਟ ਕਰ ਦਈਏ ਨਾ ਉਹ ਜੁੱਤੀਆਂ ਨਾਲ ਵੀ ਵੱਡੀ ਉਹ ਸਮਝਦੇ ਨੇ। ਉਹਨਾਂ ਦੀ ਤਾਂ ਬਹੁਤ ਇੱਜ਼ਤ ਹੋਵੇ ਲੋਕਾਂ ਦੇ ਵਿੱਚ, ਸ਼ੇਖ ਸਾਦੀ ਵਰਗਿਆਂ ਦੇ ਤਾਂ ਚੇਲੇ ਹੁਣ ਦੁਨੀਆਂ ਮੰਨੇ, ਔਰ ਉਹਦੀ ਗੱਲ ਹੋ ਜਾਵੇ ਰਿਜੈਕਟ, ਉਹਦੇ ਜੁੱਤੀਆਂ ਵਾਲੀ ਉਹ ਗੱਲ ਹੈ ਉਹਦੇ ਵਾਸਤੇ। ਪਾਣਾ ਲਹਿ ਜਿਵੇਂ ਕੋਈ ਬੱਚਾ ਹੈ, ਭਾਵੇਂ ਕਿੱਡਾ ਵੀ ਇੰਟੈਲੀਜੈਂਟ ਹੈ, ਉਹਨੂੰ ਸਵਾਲ ਪਾਇਆ ਜਾਂ ਕੋਈ ਚੀਜ਼ ਹੈ ਗਲਤ ਲਿਖ ਕੇ ਲੈ ਜਾਵੇ, ਟੀਚਰ ਉਹਨੂੰ ਕੰਨ ਫਾੜ ਕੇ ਉਹਨੂੰ ਉਹਦਾ ਕੰਨ ਹਿਲਾਵੇ ਵੀ ਤੂੰ ਤਾਂ ਇੰਨਾ ਇੰਟੈਲੀਜੈਂਟ ਸੀਗਾ ਪਾਗਲਾ, ਤੂੰ ਇਹ ਕੀ ਕੀਤਾ, ਗਲਤੀ ਕਿਵੇਂ ਕਰਤੀ, ਤੂੰ ਜੋੜ ਜਾ ਗਲਤੀ ਪਾਤੀ, ਤੇ ਤੂੰ ਤਾਂ ਆਸ ਨਹੀਂ ਸੀ ਕੀਤੀ ਜਾ ਸਕਦੀ ਗਲਤੀ ਦੀ, ਤੂੰ ਕਿਉਂ ਕੀਤੀ ਗਲਤੀ, ਹੋਰ ਦਫਾ ਹੁੰਦੇ ਕਰਨ ਸਾਰੇ, ਤੂੰ ਐਡਾ ਬੜਾ ਇੰਟੈਲੀਜੈਂਟ ਹੋ ਕੇ ਤੂੰ ਕਿਉਂ ਗਲਤੀ ਕੀਤੀ। ਉਹ ਜਿਹੜੀ ਉਹ ਝਿੜਕ ਹੈ ਉਹਨੂੰ ਸਾਵਧਾਨ ਕਰਨ ਵਾਸਤੇ ਹੈ, ਵਿਚਾਰ ਕੇ ਚੱਲਿਆ ਕਰ, ਬਿਨਾਂ ਵਿਚਾਰੇ ਚੱਲ ਗਿਆ ਤੂੰ, ਬਿਨਾਂ ਵਿਚਾਰੇ ਜੋ ਕਰੇ ਤੋ ਪਾਛੇ ਪਛਤਾਏ, ਵਿਚਾਰ ਦੇ ਗਾਹ ਲੰਘ ਜਾਂਦੇ। ਮਹੱਲਾ ਪਹਿਲਾ, ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਇਹ ਹੋਰ ਨੇ, ਇਹ ਫਿੱਕੇ ਨਹੀਂ ਹਨ, ਫਿੱਕੇ ਇਹੋ ਜਿਹੇ ਨਹੀਂ ਹੁੰਦੇ, ਫਿੱਕੇ ਅੰਦਰੋਂ ਝੂਠੇ ਨਹੀਂ ਹੁੰਦੇ, ਇਹ ਗੱਲ ਪੱਕੀ ਹੈ। ਪਰ ਸੱਚ ਦਾ ਗਿਆਨ ਨਹੀਂ ਹੁੰਦਾ, ਜੋ ਉਹਨਾਂ ਕੋਲ ਸੱਚ ਹੁੰਦਾ ਉਹਨੂੰ ਸਮਝਦੇ ਨੇ ਅਸਲੀ ਸੱਚ ਹੈ, ਝੂਠੇ ਤਾਂ ਨਹੀਂ ਹੁੰਦੇ ਅੰਦਰੋਂ, ਉਹ ਜਿਹੋ ਜਿਹੇ ਅੰਦਰੋਂ ਨੇ ਹੁੰਦੇ ਉਹੋ ਜਿਹੇ ਬਾਹਰੋਂ ਨੇ, ਪਰ ਸੱਚ ਦਾ ਗਿਆਨ ਨਹੀਂ ਹੁੰਦਾ। ਇਹ ਫਿੱਕੇ ਬੋਲਣ ਵਾਲੇ ਇਹੋ ਜਿਹੇ ਹੁੰਦੇ, ਇਹ ਜਿਹੜੇ ਅੰਦਰੋਂ ਝੂਠੇ ਨੇ, ਬਾਹਰ ਬੜੀ ਇੱਜ਼ਤ ਬਣਾਈ ਹੋਈ ਹੈ, ਬਾਹਰੋਂ ਬ੍ਰਹਮ ਗਿਆਨੀ ਬਣੇ ਹੋਏ ਨੇ, ਬੜੇ ਬੜੇ ਬੋਰਡ ਲਵਾਏ ਹੋਏ ਨੇ, ਬੜੇ ਬੜੇ ਮਿਨਿਸਟਰਾਂ ਨੂੰ ਬੁਲਾ ਕੇ ਉਹਨਾਂ ਨਾਲ ਅੰਦਰ ਖਾਤੇ ਜੁੜੇ ਹੋਏ ਨੇ, ਉਹਨਾਂ ਨੂੰ ਬੜੇ ਬੜੇ ਫੰਡ ਦਿੰਦੇ ਨੇ ਇਲੈਕਸ਼ਨ ਵਾਸਤੇ, ਆਪਣੀ ਇੱਜ਼ਤ ਵਧਾਉਂਦੇ ਨੇ ਰਾਸ਼ਟਰਪਤੀਆਂ ਨੂੰ ਮੰਗਾ ਕੇ ਉੱਥੇ, ਰਾਸ਼ਟਰਪਤੀਆਂ ਨੂੰ ਕੀ ਫਰਕ ਪੈਂਦਾ, ਉਹਨਾਂ ਦੀ ਵੀ ਇੱਜ਼ਤ ਵੱਧਦੀ ਹੈ, ਸਿਆਸੀ ਉਹ ਤਾਂ ਖੁਦ ਚਾਹੁੰਦੇ ਨੇ ਸਾਨੂੰ ਕੋਈ ਬੁਲਾਵੇ, ਸਿਆਸੀ ਆਦਮੀ ਦੀ ਵੱਧਦੀ ਹੈ, ਉਹਦਾ ਵੀ ਇਹ ਪਰਪੰਚੇ ਹੁੰਦਾ, ਸਿਆਸੀ ਆਦਮੀਆਂ ਦਾ ਵੀ ਪਰਪੰਚੇ ਹੁੰਦਾ, ਭਲਵਾੜੀ ਹੁੰਦੀ ਹੈ ਹੋਰ ਕੀ ਹੁੰਦਾ, ਸਿਆਸੀ ਆਦਮੀ ਕਹਿੰਦੇ ਨੇ ਸਾਡਾ ਕੋਈ ਸੈਮੀਨਾਰ ਕਰਾਓ, ਇਹ ਸਾਨੂੰ ਬੁਲਾਓ, ਇਹ ਕਰੋ ਵੋ ਕਰੋ ਮਸ਼ਹੂਰੀ ਕਰਨ ਵਾਸਤੇ, ਅਤੇ ਸੰਤ ਵੀ ਇਹੀ ਹੁੰਦੇ ਨੇ, ਕੁੱਲ ਮਿਲਾ ਕੇ ਦੋ ਇੱਕੋ ਜਿਹੇ ਹੁੰਦੇ ਨੇ, ਸਿਰਫ ਵਰਦੀ ਵਰਦੀ ਦਾ ਫਰਕ ਹੈ, ਉਹ ਬਾਣੇ ਬਾਣੇ ਦਾ ਫਰਕ ਹੁੰਦਾ, ਕੁੱਲ ਮਿਲਾ ਕੇ ਇੱਕੋ ਜਿਹੀ ਗੱਲ ਹੁੰਦੀ ਹੈ ਸਿਆਸੀ ਆਦਮੀਆਂ ਦੀ, ਪਰ ਉਹਨਾਂ ਦੀ ਅੰਦਰੋਂ ਝੂਠੇ ਪੈਜ ਬਾਹਰ, ਬਾਹਰ ਇੱਜ਼ਤ ਹੈ ਅੰਦਰੋਂ ਝੂਠੇ, ਸਿਆਸਤਦਾਨ ਵੀ ਇਹੋ ਜਿਹੇ ਨੇ, ਅਧੂਏ ਵੀ ਇਹੋ ਜਿਹੇ ਨੇ, ਇੱਕੋ ਜਿਹੇ ਨੇ ਦੋਏ, ਇੱਕ ਦੂਏ ਦੇ ਪੂਰਕ ਨੇ, ਝੂਠ ਇੱਕ ਦੂਏ ਦਾ ਪੂਰਕ ਹੁੰਦਾ ਹੈ, ਇਹ ਬੜਾ ਗੁਰਮੁਖ ਹੈ, ਇਹ ਬੜੇ ਮਹਾਂਪੁਰਸ਼ ਨੇ, ਉਹਨੇ ਚੋਰ ਨੂੰ ਮਹਾਂਪੁਰਸ਼ ਬਣਾ ਦਿੱਤਾ, ਉਹਨੇ ਚੋਰ ਨੂੰ ਗੁਰਮੁਖ ਬਣਾ ਦਿੱਤਾ, ਗੁਰਮੁਖ ਵੀ ਭਗਤ ਹੁੰਦਾ ਹੈ, ਬੜੀ ਡਿਗਰੀ ਦੇ ਦਿੱਤੀ ਭਗਤ ਤਾਂ ਬਹੁਤ ਡਿਗਰੀ ਬੜੀ ਹੈ, ਉਹਨੇ ਦੂਏ ਚੋਰ ਨੂੰ ਮਹਾਂਪੁਰਖ ਬਣਾ ਦਿੱਤਾ, ਮਹਾਂਪੁਰਖ ਪਰਮੇਸ਼ਰ ਹੁੰਦਾ ਆਪਣੇ ਨਾਲ ਬੜਾ, ਕਿਉਂਕਿ ਉਹ
ਜਿਹਦੀ ਬਾਣੀ ਆ ਉਹਨੂੰ ਮਹਾਂਪੁਰਖ ਮੰਨਿਆ ਗੁਰਬਾਣੀ ਨੇ। ਇਹ ਬਾਣੀ ਮਹਾਂਪੁਰਖ ਦੀ ਇੱਕੋ ਆਦਮੀ ਦੀ ਬਾਣੀ ਹੈ। ਅਸਲ 'ਚ ਨਾ ਨਾਨਕ ਦਾ ਕਸੂਰ ਹੈ ਨਾ ਕਿਸੇ ਭਗਤ ਦਾ ਕਸੂਰ ਹੈ। ਜਿਉਂ ਬੁਲਾਵੋ ਤੇ ਉਹ ਨਾਨਕ ਦਾਸ ਬੋਲੇ। ਇਹ ਪਾਣਾ ਲਹਿ ਸਜਾਏ ਜਾਂ ਫਿੱਕਾ ਮੂਰਖ ਆਖੀਏ, ਇਹ ਜਿਵੇਂ ਕਹਾਇਆ ਪਰਮੇਸ਼ਰ ਨੇ ਉਹਨਾਂ ਨੇ ਉਵੇਂ ਕਹਿ ਦਿੱਤਾ। ਉਹਨਾਂ ਦੀ ਵੀ ਕੋਈ ਕਸੂਰ ਨਹੀਂ ਹੈ, ਉਹਨਾਂ ਨੂੰ ਬੋਲਣਾ ਪਿਆ।